ਖਾਲਸੀ ਜਕਾਰੇ ਵਿੱਚ ਰੋਬ ਇੰਨਾ ਹੈ, ਜਲਾਲ ਇੰਨਾ ਹੈ, ਮਹਾਰਾਜ ਨੇ ਸਾਨੂੰ ਏਡਾ ਬੁਲੰਦ ਜਕਾਰਾ ਦਿੱਤਾ ਕਿ ਇਹ ਜਕਾਰਾ ਸਾਡੇ ਮੁਰਦਿਆਂ ਦੇ ਅੰਦਰ ਜ਼ਿੰਦਗੀ ਪਾ ਦਿੰਦਾ ਜੀ, ਇਹ ਜਕਾਰੇ 'ਚ ਇੰਨੀ ਸੱਤਿਆ। ਜਿਨ੍ਹਾਂ ਨੂੰ ਨਹੀਂ ਨਾ ਪਤਾ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪੁੱਛ ਕੇ ਵੇਖਿਓ। ਸੰਘਰਸ਼ ਭਾਵੇਂ ਕਿਸਾਨਾਂ ਦਾ ਸੀ ਦਿੱਲੀ ਨਾਲ, ਤੇ ਕਿਸਾਨ ਤੇ ਸਾਰੀ ਦੁਨੀਆਂ ਦੇ ਸੀ, ਦੇਸ਼ ਦੇ ਸੀ ਨਾ ਜੀ, ਇਕੱਲੇ ਸਿੱਖ ਥੋੜੀ ਸੀ, ਸਾਰੀ ਦੁਨੀਆਂ ਦੇ ਸੀ। ਪਰ ਜਦੋਂ ਹਜ਼ਾਰ ਹਜ਼ਾਰ ਟਨ ਦੀਆਂ ਉਹ ਸੜਕਾਂ ਤੇ ਰੋਕਾਂ ਹਟਾਉਣੀਆਂ ਸੀ, ਮਿੱਟੀ ਨਾਲ ਲੱਦੇ ਟੈਂਕਰ ਹਟਾਉਣੇ ਸੀ, ਵੱਡੇ ਵੱਡੇ ਕੈਂਟਰ ਲੱਦੇ ਹੋਏ, ਤੇ ਸੱਤਿਆ ਕਿੱਥੋਂ ਆਉਂਦੀ ਸੀ? ਜਕਾਰੇ ਦੀ ਗੂੰਜ ਪੈਂਦੀ ਸੀ ਤੇ ਟਨਾਂ ਦੇ ਟਨ ਭਾਰ ਧੂ ਕੇ ਪਾਸੇ ਲੈ ਜਾਂਦੇ ਸੀ। ਏਡੀ ਸ਼ਕਤੀ ਦੁਨੀਆਂ ਨੇ ਜਕਾਰੇ ਦੀ ਵਰਤਦੀ ਵੇਖੀ। ਕੱਲ ਕੱਲ ਵੇਖੀ, ਅਜੇ ਦੂਰ ਦੀ ਗੱਲ ਨਹੀਂ, ਪਰ ਫਰਕ ਪਤਾ ਕੀ ਸੀ ਜੀ? ਉਸ ਜਕਾਰੇ ਦੀ ਸਾਂਝ ਬੜੀ ਕਮਾਲ ਦੀ ਸੀ, ਇਸ ਵਾਸਤੇ ਸੱਤਿਆ ਵਰਤੀ ਸੀ। ਉਸ ਜਕਾਰੇ ਦੀ ਸਾਂਝ ਬੜੀ ਕਮਾਲ ਦੀ ਸੀ। ਪੰਜਾਬ ਦੇ ਬਾਰਡਰ ਤੋਂ ਬੋਲੇ ਸੋ ਨਿਹਾਲ ਦਾ ਆਵਾਜ਼ਾ ਆਉਂਦਾ ਸੀ ਤੇ ਦੁਨੀਆਂ ਦੇ ਕੋਨੇ ਕੋਨੇ ਅਮਰੀਕਾ ਕੈਨੇਡਾ 'ਚ ਬੈਠਾ ਸਿੱਖ ਇੱਕ ਸੁਰ ਹੋ ਕੇ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੰਦਾ ਸੀ।